ਬਾਦਲ ਦਾ ਤੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦਾ ਇਸ ਗੱਲ ਦਾ ਕੋਟਨ ਕੋਟ ਧੰਨਵਾਦ ਕਰਦਾ ਹੈ ਕਿ ਸਾਡੇ ਸਾਬਕਾ ਐਮ ਐਲ ਏ ਸਰਦਾਰ ਰਣਜੀਤ ਸਿੰਘ ਜੀ ਵਰਿਆਮ ਨੰਗਲ ਜੀ ਨੂੰ ਅੱਜ ਪੇਡਾ ਦੇ ਚੇਅਰਮੈਨ ਵਜੋਂ ਉਹਨਾਂ ਨੂੰ ਨਿਯੁਕਤ ਕੀਤਾ ਗਿਆ ਜਿੱਥੇ ਮਜੀਠੇ ਹਲਕੇ ਲਈ ਅੰਮ੍ਰਿਤਸਰ ਦੀ ਧਰਤੀ ਲਈ ਬੜੀ ਮਾਣ ਦੀ ਗੱਲ ਹੈ। ਉੱਥੇ ਮੈਂ ਵਰਿਆਮ ਨੰਗਲ ਸਾਹਿਬ ਨੂੰ ਵੀ ਇਸ ਗੱਲ ਦੀ ਵਧਾਈ ਦਿੰਦਾ ਕਿ ਅੱਜ ਦੀ ਡੇਟ 'ਤੇ ਰਿਨਿਊਬਲ ਐਨਰਜੀ ਸੈਕਟਰ ਸਪੈਸ਼ਲੀ ਪੇਡਾ ਇੱਕ ਵਨ ਆਫ ਦਾ ਬੈਸਟ ਪਰਫੋਰਮਿੰਗ ਬੋਰਡ ਜਾਂ ਕਾਰਪੋਰੇਸ਼ਨ ਤੁਸੀਂ ਗਿਣ ਸਕਦੇ ਹੋ ਕਿਉਂਕਿ ਪਿਛਲੇ 2-3 ਸਾਲਾਂ 'ਚ ਗਵਰਨਮੈਂਟ ਆਫ ਇੰਡੀਆ ਵੱਲੋਂ ਵੱਖਰੇ ਵੱਖਰੇ ਸੈਕਟਰਸ 'ਚ ਸੋਲਰ ਪਾਵਰ ਨੂੰ ਰਿਨਿਊਬਲ ਐਨਰਜੀ ਨੂੰ ਪ੍ਰਮੋਟ ਕਰਨ ਵਾਸਤੇ ਪ੍ਰਧਾਨ ਮੰਤਰੀ ਸਾਹਿਬ ਤੋਂ ਪਾਵਰ ਮਿਨਿਸਟਰ ਸਾਹਿਬ ਤੋਂ ਹੋਰ ਸੈਕਟਰੀ ਗਵਰਨਮੈਂਟ ਆਫ ਇੰਡੀਆ ਤੋਂ ਡਿਫਰੈਂਟ ਸਟੇਟ ਦੇ ਕੰਪੈਰੀਜ਼ਨ ਬੜੇ ਵੱਡੇ ਅਵਾਰਡਸ ਮਿਲੇ ਆ, ਬੜੀ ਵੱਡੀ ਅਪਰੀਸੀਏਸ਼ਨ ਮਿਲੀ ਹੈ। ਸੋ ਚੇਅਰਮੈਨ ਸਾਹਿਬ ਲਈ ਇਹ ਬੜੀ ਮਾਣ ਦੀ ਗੱਲ ਹੈ ਕਿ ਸਰਕਾਰ ਨੇ ਉਹਨਾਂ 'ਤੇ ਇਸ ਗੱਲ ਦਾ ਭਰੋਸਾ ਕੀਤਾ ਕਿ ਇਸ ਏਜੰਡੇ ਨੂੰ ਰਿਨਿਊਬਲ ਐਨਰਜੀ ਸੈਕਟਰ ਨੂੰ ਅੱਗੇ ਤੱਕ ਲੈ ਕੇ ਜਾਣਗੇ। ਸੋ ਵੀ ਵਿਲ ਹੈਵ ਕਲੀਨਰ ਪਾਵਰ, ਸੇਫਰ ਪਾਵਰ, ਗ੍ਰੀਨ ਪਾਵਰ 'ਤੇ ਇਹ ਬਹੁਤ ਵੱਡਾ ਯੋਗਦਾਨ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਪਾਉਣਗੇ। ਐਕਚੁਅਲੀ ਭਗਵੰਤ ਮਾਨ ਜੀ ਕੀ ਨਾ ਇੱਕ ਸ਼ੁਰੂ ਸੇ ਆਦਤ ਰਹੀ ਹੈ ਕਿ ਹਰ ਬਾਤ ਕੋ ਤਰੋੜ ਮਰੋੜ ਕੇ ਪੇਸ਼ ਕਰਨਾ। ਇਸ਼ੂ ਬੜਾ ਸਿੰਪਲ ਹੈ ਕਿ ਆਜ ਸੇ ਕੁਛ ਸਾਲ ਪਹਿਲੇ ਇੱਕ ਬੜਾ ਸੀਰੀਅਸ ਅਟੈਕ ਪਾਰਲੀਮੈਂਟ ਪੇ ਹੁਆ ਥਾ ਐਂਡ ਉਸ ਦਿਨ ਮੇ ਅਗਰ ਹਮਾਰੀ ਸਿਕਿਉਰਿਟੀ ਫੋਰਸਿਸ ਜਿਧਰ ਉਨਕਾ ਨੁਕਸਾਨ ਵੀ ਹੁਆ, ਕਈ ਲੋਕ ਸ਼ਹੀਦ ਹੋ ਗਏ, ਮਗਰ ਅਗਰ ਵੋ ਮੂੰਹ ਤੋੜਵਾ ਜਵਾਬ ਨਾ ਦੇਤੇ ਤੋ ਸ਼ਾਇਦ ਅੱਜ ਬਹੁਤ ਹੀ ਡੇਂਜਰਸ ਰਿਜ਼ਲਟਸ ਉਸਕੇ ਨਿਕਲ ਕੇ ਆਨੇ ਥੇ। ਅਬ ਮੇਰੇ ਕੋ ਬਤਾਓ ਯੇ ਕਹਾਂ ਕੀ ਸਮਝ ਹੈ, ਕੌਨ ਸੀ ਸੋਚ ਹੈ, ਯਾ ਵੋ ਕੌਨ ਸੀ ਏਜੰਸੀ ਕੋ ਯੇ ਮਟੀਰੀਅਲ ਸਪਲਾਈ ਕਰਨਾ ਚਾਹ ਰਹੇ ਹੈ, ਯਾ ਕਿਸ ਕੋ ਖੁਸ਼ ਕਰਨਾ ਚਾਹ ਰਹੇ ਹੈ, ਕਿਉਂਕਿ ਵੋ ਡਿਫਰੈਂਟ ਰੈਡੀਕਲ ਆਰਗੇਨਾਈਜੇਸ਼ਨ ਸੇ ਮਿਲ ਕੇ ਆਏ ਹੈ ਜਿਨਕੀ ਐਂਟੀ ਇੰਡੀਆ ਐਂਟੀ ਨੈਸ਼ਨਲ ਫੀਲਿੰਗ ਹੈ, ਯੇ ਤੋ ਸਭ ਜਾਣਤੇ ਹੈ। ਮਗਰ ਆਪ ਇਸ ਹੱਦ ਤੱਕ ਗਿਰ ਜਾਓਗੇ ਕਿ ਆਪ ਵੋਟ ਹਿੰਦੁਸਤਾਨ ਸੇ ਲੋ, ਪੰਜਾਬੀਓ ਸੇ ਲੋ ਔਰ ਇੱਕ ਸਿਕਿਉਰਿਟੀ ਕਾ ਐਕਸਪੋਜਰ ਕਰੋ। ਕੱਲ ਆਪਕੋ ਕੋਈ ਐਮ ਪੀਜ਼ ਕੇ ਪਾਸ ਕਈ ਪ੍ਰਿਵਿਲੇਜ ਹੋਤੀ ਹੈ, ਕਈ ਇੰਪੋਰਟੈਂਟ ਇੰਸਟਾਲੇਸ਼ਨ ਹੋਤੀ ਹੈ ਜਹਾਂ ਆਪ ਯਾ ਮੈਂ ਨਹੀਂ ਜਾ ਸਕਤੇ, ਮਗਰ ਇੱਕ ਐਮ ਪੀ ਕੋ ਜਾਣੇ ਦਿਆ ਜਾਤਾ ਹੈ। ਤੋ ਕੱਲ ਯੇ ਕਿਆ ਵਹਾਂ ਕੀ ਵੀਡੀਓ ਬਣਾ ਬਣਾ ਕੇ ਵੀ ਡਾਲੇਂਗੇ? ਤੋ ਨੁਕਸਾਨ ਦੇਸ਼ ਕਾ ਕਰ ਰਹੇ ਹੈ ਔਰ ਉਸ ਆਪਣੀ ਗਲਤੀ ਕੋ ਮਾਨਨੇ ਕੀ ਜਗ੍ਹਾ, ਸਵੀਕਾਰ ਕਰਨੇ ਕੀ ਜਗ੍ਹਾ, ਪਸ਼ਚਾਤਾਪ ਕਰਨੇ ਕੀ ਜਗ੍ਹਾ, ਮੈਂ ਆਰਾਮ ਨੂੰ ਬੋਲ ਰਿਹਾ, ਮੈਂ ਫਿਰ ਸੇ ਕਰੂੰਗਾ।